कल भी तुसी इसे तरह ही मेनू फोन कर करके इथे सारे हाजिर हुए। अज भी सवेर तो ही तुहाडा तांता लग्या पिया। सीएम साहब ने मेनू फोन किया, सिक्योरिटी भी लग गई सी, पर तुहाडी इन्नी वड्डी हाजरी देख के मेनू लगता वह पिछो मुड़ गए, उधर नूं सीधे चल गए। मैं तुहाडे सारयां दे जज़्बात समझदा, अपने नाल कोई पहली बारी नहीं होया। जिहड़ा भी बंदा इमानदारी दे नाल अपने बंदयां दे नाल खड़दा, जिहड़ा भी बंदा अगे वधण लगदा, कोई ना कोई इहो जिहा ताकतां उहनूं विच्चों वढ़न नूं उहदा रस्ता कट्टण नूं हमेशा ही तत्पर रहिंदियां। पर इह किसे भी चीज नूं रोकिया कोई भी रुकदी नहीं, जिन्ना दबाओगे तुसी उन्ना वह चीज उभरूगी। सो अज तुसी एडी वड्डी गिणती च हाजिर होए सी, और जदों सीएम साहब इत्थे नहीं आए तां तुसी अपने जज्बातां नूं काबू नहीं रखिया, मेरे रोकण दे बावजूद चौंक तक जाके तुसी सारे मेरे सरपंच साहिबान, सारे मेरे कौंसलर साहिबान समेत अपने अस्तीफिआं दे समेत मंग पत्रां दे जिथों पुलिस ने मोड़ता तुहानूं उत्थों मुड़ के आए हैं। मैं ते मेरा परिवार इस गल दा ऋणी है। कदे भी लड़ाइयां जिहड़ियां ओह मैं समझदा कि हथियारां नाल नहीं जित्तियां जांदियां, लड़ाइयां बंदियां नाल ते हौसले नाल जित्तियां जांदियां। सो अज तुहाडा इकट्ठ ते तुहाडे हौसले देख के मैनू 1% भी खदशा नहीं कि कोई दुनिया की ताकत आपां नूं हरा सकती है। मोगे की टिकट, ये मोगे के MLA वाली टिकट पहली टिकट नहीं जिहड़ी कट्टी गई है, साडे सत्कारयोग मुख्यमंत्री चरणजीत चन्नी जी की टिकट कट्टी गई थी, वह भी 2007 च आजाद लड़के जिते थे। तो जे अपनी टिकट कितने खतरे च दे दी या कटती उन्होंने तो फिर एडी गल कोई नहीं, आप लड़ांगे और आप जितांगे। इस गल का मैनू तुहाडे चेहरिआं तो दिसदा। जिहड़े बंदयां दे पिछे दो दो बंदे नी ਉਹ ਉੱਥੇ ਜਾ ਕੇ ਦਾਅਵੇਦਾਰੀਆਂ ਕਰਦੇ ਕਿ ਅਸੀਂ 1-1 ਵੋਟ ਪਵਾ ਕੇ ਜਿਤਾਵਾਂਗੇ। ਆਹ ਬੰਦੇ ਬੈਠੇ ਆ ਵੋਟਾਂ ਵਾਲੇ, 1-1 ਬੰਦੇ ਦੇ ਮਗਰ ਸੈਂਕੜੇ ਸੈਂਕੜੇ ਵੋਟਾਂ। ਮੇਰੇ ਪਿੰਡਾਂ ਵਾਲੇ ਸਰਪੰਚ ਬੈਠੇ ਆ, ਆਹ ਮੇਰੇ ਕੌਂਸਲਰ ਬੈਠੇ ਆ। ਟਿਕਟਾਂ ਤਾਂ ਮੇਰੀਆਂ ਉਦੋਂ ਵੀ ਕੱਟਦੀਆਂ ਸੀ 12-1, ਯਾਦ ਆ ਤੁਹਾਨੂੰ, ਟਿਕਟਾਂ ਉਦੋਂ ਵੀ ਕੱਟਦੀਆਂ ਸੀ। 10 ਆਜ਼ਾਦ ਕੌਂਸਲਰ ਜਿਤਾ ਲਏ ਸੀ ਤੇ 1 ਆਜ਼ਾਦ MLA ਨਹੀਂ ਤਾਂ ਆਊਗਾ। ਆਪਾਂ ਸਾਰੇ ਆਪਦੀ ਆਪਦੀ ਲੜਾਈ ਚ ਲੜੇ ਪਏ ਲੱਗੇ ਪਏ ਸੀ, ਇੱਥੇ ਤਾਂ ਇਕੱਠੇ ਹੋ ਕੇ ਲੜਨਾ ਤੇ ਮੈਨੂੰ ਇਸ ਗੱਲ ਦਾ ਪੂਰਾ ਯਕੀਨ ਹੈ। ਜੋ ਮੈਨੂੰ ਤੁਸੀਂ ਪਾਵਰਾਂ ਦਿੱਤੀਆਂ ਮੈਂ ਇਸ ਗੱਲ ਲਈ ਅਜੀਤੇ ਵਰਗੇ ਮੇਰੇ ਗੱਲ ਪਈ ਜਾਂਦੇ ਆ, ਬਾਈ ਜੀ ਹੁਣੀ ਗੱਲ ਪਈ ਜਾਂਦੇ ਆ ਵੀ ਤੂੰ ਅੱਜ ਹੁਣ ਐਲਾਨ ਕਰ ਦੇ, ਜੇ ਅੱਜ ਨਾ ਐਲਾਨ ਕੀਤਾ ਤੇ ਅਸੀਂ ਕਰ ਦੇਣਾ। ਸੋ ਮੈਂ ਬਾਈ ਜੀ ਤੁਹਾਡੀ ਸਾਰਿਆਂ ਦੀ ਸਹਿਮਤੀ ਆ ਆਪਾਂ ਚੋਣ ਲੜਨੀ ਆ, ਜਿੱਤਾਂਗੇ। ਚਲੋ ਇਸ ਤੋਂ ਬਾਅਦ ਉਹ ਬੰਦਾ ਹੱਥ ਖੜਾ ਕਰ ਦੇਵੇ ਜਿਹੜਾ ਕਵੇ ਵੀ ਨਹੀਂ ਬਾਈ ਆਪਾਂ ਨੂੰ ਲੜਨੀ ਨੀ ਚਾਹੀਦੀ। ਜੇ ਕੋਈ ਹੈਗਾ ਬਾਈ ਆਪਾਂ ਸਲਾਹ ਸਾਰਿਆਂ ਦੀ ਲੈ ਕੇ ਚੱਲਣਾ, ਹੈਗਾ ਕੋਈ ਨਾ ਬਾਈ ਜੀ ਫਿਰ ਸਹੁੰ ਖਾਓ ਉਹਨੂੰ ਆਪਦੀ ਮਾਂ ਦੀ ਕਸਮ, ਜਿਹੜਾ ਵਿੱਚੋਂ ਭੱਜੇ ਛੱਡ ਕੇ ਬਲਾ ਲੜਾਂਗੇ। ਜਿੰਨੇ ਬੰਦੇ ਇੱਥੇ ਖੜੇ ਆ ਬਾਈ, ਜਿੰਨੇ ਤੁਸੀਂ ਇੱਥੇ ਖੜੇ ਆ, ਜੇ ਸੱਚੀ ਮੁੱਚੀ ਇਸ ਗੱਲ ਲਈ ਸਹਿਮਤ ਹੋ, 5 ਸਾਲ ਮੈਂ ਤੁਹਾਡੀ ਬਾਂਹ ਫੜੀ ਆ ਤੇ ਤੁਹਾਨੂੰ ਲੱਗਦਾ ਕਿ ਹੁਣ ਤੁਸੀਂ ਲਵਾਰਸ ਹੋ ਜਾਣਾ ਤੇ ਤੁਹਾਡਾ MLA ਵੀ ਲਵਾਰਸ ਹੋ ਜਾਣਾ,
ਤੇ ਸੌ ਖਾ ਕੇ ਜਾਇਓ ਆਪਣੇ ਆਪਣੇ ਗੁਰੂ ਦੀ ਪੀਰ ਦੀ ਆਪਣੀ ਆਪਣੀ ਮਾਂ ਦੀ ਜੇ ਇੱਕ ਵੀ ਪੈਰ ਪਿਛਾਂ ਪੱਟੋ ਤਾਂ ਨਹੀਂ ਤਾਂ ਮੈਨੂੰ ਕੋਰਾ ਜਵਾਬ ਦੇ ਦਿਓ ਤੁਸੀਂ ਆਪਦੇ ਘਰੇ ਬਹਿ ਜਾਓ ਤੇ ਮੈਂ ਆਪਦੇ ਬਹਿ ਜਾ ਆਪਾਂ ਨੂੰ ਇੱਕ ਉਹ ਗੱਲ ਕਹਿੰਦਾ ਹੁੰਦਾ ਮਾਣ ਕਰੀ ਨਾ ਜੱਟੀਏ ਸਾਨੂੰ ਬਾਗ ਬਥੇਰੇ ਤੇ ਜੇ ਇੱਕ ਦਰਵਾਜਾ ਬੰਦ ਹੁੰਦਾ ਦਸ ਖੁੱਲਦੇ ਆ ਬਾਈ ਜੀ ਕੋਈ ਦਿੱਲੀ ਤੋਂ ਫੋਨ ਆਈ ਜਾਂਦਾ ਕੋਈ ਚੰਡੀਗੜ੍ਹੋਂ ਆਈ ਜਾਂਦਾ ਤੇ ਕਿਰਪਾ ਬਾਬੇ ਨਾਨਕ ਦੀ ਇੰਨੀ ਪੂਰੀ ਆ ਤੇ ਆਪਾਂ ਸਾਰਿਆਂ ਨੇ ਜਿਹੜੀ ਮਰਜ਼ੀ ਆਪਾਂ ਪੱਲਾ ਫੜੀਏ ਜਿਹਦਾ ਮਰਜ਼ੀ ਆਜ਼ਾਦ ਲੜੀਏ ਇਹ ਫੈਸਲਾ ਮੈਨੂੰ ਕਰਨ ਦਾ ਅਧਿਕਾਰ ਹੈਗਾ ਤੇ ਮੈਂ ਜਿਹੜਾ ਫੈਸਲਾ ਕਰੂੰਗਾ ਬਾਈ ਜੀ ਸੋਚ ਸਮਝ ਕੇ ਕਰੂੰਗਾ ਤੇ ਜਿਹੜਾ ਮੈਂ ਕਰਕੇ ਆ ਗਿਆ ਐ ਕਿੱਲੀ ਨੱਪ ਦਿਓ ਫਿਰ ਆਪਾਂ ਜਿੱਤ ਕੇ ਨਿਕਲਾਂਗੇ ਆ ਜਿਹੜੀ ਕੁਰਸੀ ਹੈ ਨਾ ਇਹ ਨੱਪ ਕੇ ਰੱਖਣੀ ਆਪਾਂ ਥੱਲੇ ਟਿੱਕੀ ਟਿੱਕੀ ਚੱਕ ਦਿਆਂਗੇ ਲੋਕਾਂ ਨੇ ਕੰਮ ਕੀਤੇ ਹੋਣਗੇ ਬਾਈ ਜੀ ਬਾਹਰਲੀਆਂ ਸੂਬਿਆਂ ਚ ਆਪਾਂ ਸਾਰਿਆਂ ਨੇ ਕੰਮ ਕੀਤਾ ਇੱਥੇ ਆਪਣੇ ਮੋਗੇ ਹਲਕੇ ਚ ਸੋ ਇਸ ਗੱਲ ਦਾ ਫਰਕ ਪਊਗਾ ਤੁਸੀਂ ਸਾਰੇ ਮੋਗੇ ਦੇ ਆ ਤੇ ਇੱਥੇ ਬਾਹਰੋਂ ਆ ਕੇ ਬੜੇ ਵੱਡੀਆਂ ਵੱਡੀਆਂ ਡੀਂਗਾਂ ਮਾਰਦੇ ਆ ਮੈਨੂੰ ਤੁਹਾਡੇ ਤੇ ਭਰੋਸਾ ਮੈਨੂੰ ਆਪਣੇ ਪਰਮਾਤਮਾ ਤੇ ਭਰੋਸਾ ਲੋ ਮੈਂ ਅੱਜ ਜਕਾਰਾ ਹੁਣ ਮੈਂ ਲਾਉਣ ਲੱਗਿਆ ਦੱਬ ਕੇ ਲਾ ਦਿਓ ਮੇਰੇ ਮਗਰ ਤੇ ਆਪਾਂ ਕੱਢ ਕੇ ਕੁੱਤੇ ਕਪਾਹ ਚੋਂ ਵਿਖਾਉਣੀ ਆ ਬਾਅਦ ਤੁਸੀਂ ਜਾਓ ਘਰੋ ਘਰੀ ਮੈਂ ਤੁਹਾਨੂੰ ਸੁਨੇਹਾ ਲਾਊਂਗਾ ਮੈਂ ਤੁਹਾਨੂੰ ਚਾਹ ਚੂਹਾ ਤਾਂ ਬਾਈ ਜੀ ਆਪਣੇ 5 ਸਾਲ ਚੱਲਦੀਆਂ ਰਹੀਆਂ 5 ਸਾਲ ਕੋਈ ਬੰਦਾ ਦਫ਼ਤਰ ਆ ਕੇ 2 ਵਾਰੀ ਤਾਂ ਪੀ ਗਿਆ ਹੋਵੇ ਐਂ ਨੀ ਕੋਈ ਕਹਿ ਸਕਦਾ ਬਿਨਾਂ ਚਾਹ ਪੀਤੀ ਤੋਂ ਹਰਜੋਤ ਕਮਲ ਨਹੀਂ ਮੋੜਦਾ 5 ਸਾਲ ਜ਼ਿੰਦਾਬਾਦ 5 ਸਾਲ ਸੌਦਾ ਸੈਂਟਰ ਵਾਂਗੂ ਦਫ਼ਤਰ ਖੋਲ ਕੇ ਤੁਹਾਡੀ ਸੇਵਾ ਕੀਤੀ ਮੈਂ ਤੇ ਮੇਰਾ ਸਾਰਾ ਟੱਬਰ ਤੇ ਆ ਮੇਰੀ ਸਾਰੀ ਫੌਜ ਆਪਾਂ ਰਲ ਕੇ ਬਾਈ ਜੀ ਕੰਮ ਕੀਤਾ ਮੋਗੇ ਚ ਜੇ ਆਪਣਾ ਕੰਮ ਕੀਤਾ ਤੇ ਆਪਣਾ ਹੱਕ ਬਣਦਾ ਕਿ ਆਪਾਂ ਲੋਕਾਂ ਨੂੰ ਇਹ ਗੱਲ ਕਹੀਏ ਕਿ ਤੁਹਾਡੇ MLA ਨਾਲ ਅੱਜ ਧੱਕਾ ਹੋ ਗਿਆ ਭੀੜ ਪਈ ਤੋਂ ਆਪਦੇ ਪਰਖੇ ਜਾਂਦੇ ਹੁੰਦੇ ਆ ਇਹ ਬਦਲਾਵ ਤੁਸੀਂ ਲੈਣਾ ਤੁਹਾਡੇ ਇਹ ਮੇਰੇ ਡਰਬਾਈ ਕੱਲੇ ਕੱਲੇ ਨੂੰ ਜਾ ਕੇ ਜੱਫੀਆਂ ਪਾ ਕੇ ਮਿਲਦਾ ਸੀ ਚਾਹੇ ਉਹ ਆ ਚੌਂਕ ਚ ਬੈਠੇ ਮੋਚੀ ਤੋਂ ਪੁੱਛ ਲੋ ਚਾਹੇ ਕਿਸੇ ਰਿਕਸ਼ੇ ਰੇਹੜੀ ਵਾਲੇ ਤੋਂ ਪੁੱਛ ਲੋ ਹਰਜੋਤ ਕਮਲ ਨੇ ਅੱਜ ਤਾਈਂ ਕਦੇ ਬਾਜ਼ਾਰ ਚ ਗੱਡੀ ਦਾ ਸ਼ੀਸ਼ਾ ਨਹੀਂ ਚੜਾਇਆ ਜੇ ਮੈਂ ਕਦੇ ਤੁਰ ਕੇ ਗਿਆ ਰੇਹੜੀ ਵਾਲੇ ਨਾਲ ਹੱਥ ਮਿਲਾ ਕੇ ਲੰਘਿਆ ਹੋਊਗਾ ਆ ਤੁਹਾਡਾ ਜਿਹੜਾ ਇੰਨਾ ਕਾਠਿਆ ਨਾ ਇਹ ਦਰਸਾਉਂਦਾ ਕਿ ਮੈਂ ਪਿਆਰ ਵੰਡਿਆ ਅੱਜ ਤਾਈਂ ਮੋਗੇ ਚ ਮੈਂ ਮੋਗੇ ਚ ਪਿਆਰ ਵੰਡਿਆ ਤੇ ਮੈਨੂੰ ਪਿਆਰ ਹੀ ਮਿਲਿਆ ਕਦੇ ਇੱਕ ਬੰਦਾ ਕਹਿ ਦੇਵੇ ਕਿ ਮੋਗੇ ਚ ਹਰਜੋਤ ਕਮਲ ਨੇ ਕੋਈ ਨਸ਼ਾ ਬਕਾਇਆ ਹੋਵੇ ਕੋਈ ਇੱਕ ਬੰਦਾ ਕਹਿ ਦੇਵੇ ਕੋਈ ਨਜਾਇਜ਼ ਧੰਦਾ ਕਰਾਇਆ ਹੋਵੇ ਕੋਈ ਇੱਕ ਬੰਦਾ ਕਹਿ ਦੇਵੇ ਕਿ ਕਿਸੇ ਤੇ ਨਜਾਇਜ਼ ਪਰਚਾ ਕਰਾਇਆ ਹੋਵੇ ਪਹਿਲੀ ਵਾਰ ਫੇਰ ਇਲੈਕਸ਼ਨਾਂ ਕਰਾਈਆਂ ਚਾਹੇ ਪੰਚਾਇਤਾਂ ਦੀਆਂ ਸੀ ਚਾਹੇ ਕਾਰਪੋਰੇਸ਼ਨ ਦੀ ਸੀ ਤੇ ਆ ਜਿੰਨੇ ਮੇਰੇ ਨੁਮਾਇੰਦੇ ਆ ਨਾ ਜਿੱਤ ਕੇ ਆਏ ਵੇ ਆ ਧੱਕੇ ਨਾਲ ਇਹਨਾਂ ਦੇ ਗਲਾਂ ਚ ਸਾਫੇ ਨੀ ਪਾਏ ਜਿਵੇਂ ਪਿਛਲੇ ਪਾਰਟੀ ਵਾਲੇ ਕਰਦੇ ਸੀ ਪਿਛਲੇ ਸੱਤਾ ਵਾਲੇ ਇੱਕ ਇੱਕ ਬੰਦਾ ਜਿੱਤ ਕੇ ਆਇਆ ਵੇ ਚਾਹੇ ਉਹ ਸਰਪੰਚ ਆ ਚਾਹੇ ਕੌਂਸਲਰ ਆ ਸੋ ਮੈਨੂੰ ਤੁਹਾਡੇ ਤੇ ਮਾਣ ਆ ਇਸੇ ਤਰ੍ਹਾਂ ਹੀ ਆਪਣਾ ਪਰਿਵਾਰ ਇੱਕ ਮੁੱਠ ਚ ਰਿਹਾ ਆਪਾਂ ਰੋਲ ਦਿਆਂਗੇ 3 ਨੰਬਰ ਤੇ ਲਿਆਵਾਂਗੇ ਇਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਪਾਰਟੀ ਵਾਲੇ ਕਰਦੇ ਸੀ ਪਿਛਲੇ ਸੱਤਾ ਵਾਲੇ ਇੱਕ ਇੱਕ ਬੰਦਾ ਜਿੱਤ ਕੇ ਆਇਆ ਵੇ ਚਾਹੇ ਉਹ ਸਰਪੰਚ ਆ ਚਾਹੇ ਕੌਂਸਲਰ ਆ ਸੋ ਮੈਨੂੰ ਤੁਹਾਡੇ ਤੇ ਮਾਣ ਆ ਇਸੇ ਤਰ੍ਹਾਂ ਹੀ ਆਪਣਾ ਪਰਿਵਾਰ ਇੱਕ ਮੁੱਠ ਚ ਰਿਹਾ ਆਪਾਂ ਰੋਲ ਦਿਆਂਗੇ 3 ਨੰਬਰ ਤੇ ਲਿਆਵਾਂਗੇ ਇਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ।